ਸਾਹਿਬ
ਅਰਜੁਨ ਜੀ ਆਇਆ ਹੈ। ਗੁਰੂ ਹਰਗੋਬਿੰਦ ਸਾਹਿਬ ਵਿੱਚ ਗੁਰੂ ਅਰਜੁਨ ਜੀ ਆਇਆ ਹੈ, ਮੀਰੀ ਤੇ ਪੀਰੀ ਸਾਹਿਬ ਗੁਰੂ ਪਾਤਸ਼ਾਹ ਕਹਾਇਆ ਹੈ, ਅਕਾਲ ਦਾ ਨਿਸ਼ਾਨ ਅਕਾਲ ਨੇ ਸਜਾਇਆ ਹੈ, ਨਿਰੰਕਾਰ ਦਾ ਧਿਆਨ ਕਰ ਗੁਰੂ ਸ਼ਬਦ ਤੇ ਆਇਆ ਹੈ, ਗੁਰੂ ਹਰ ਰਾਏ ਜੀ ਨਿਰਵੈਰ ਦੇੜਾਇਆ ਹੈ, ਗੁਰੂ ਪਿਤਾ ਸੰਬੋਲਣਾ ਗੁਰੂ ਸਿੱਖੀ ਨੂੰ ਵਧਾਇਆ ਹੈ, ਨਿਰਭਉ ਦਾ ਰੂਪ ਹੋ ਕੇ ਗੁਰੂ ਬਚਨ ਕਮਾਇਆ ਹੈ, ਲੋੜ ਪਈ ਦੁਖਿਆਰਿਆਂ ਦੀ ਗੁਰੂ ਆਪ ਚੱਲ ਆਏ ਨੇ, ਦੋਖ ਦੁੱਖ ਪਾਪ ਸਭ ਪਲਾਂ ਚ ਮਿਟਾਏ ਨੇ। ਦੇਖਿਆ ਹੈ ਹਰ ਕ੍ਰਿਸ਼ਨ ਜੀ ਨੇ ਹਰ ਰਾਏ ਜੀ ਨੂੰ, ਗੁਰੂ ਵਿਦਿਆ ਨੂੰ ਪੁੰਨ ਬਾਲਾ ਪ੍ਰੀਤਮ ਕਹਾਏ ਨੇ, ਤੇਗਦੇ ਨੇ ਧਨੀ ਜਿੰਨਾ ਬੰਦਗੀ ਨੂੰ ਸਾਜਿਆ, ਤੇਗਦੇ ਨੇ ਧਨੀ ਜਿੰਨਾ ਬੰਦਗੀ ਨੂੰ ਸਾਜਿਆ, ਤੇਗ ਅਤੇ ਬੰਦਗੀ ਗੁਰਿਆਈ ਨੂੰ ਨਿਵਾਜਿਆ, ਸਰੂਪ ਨੌਵੇਂ ਪਾਤਸ਼ਾਹ ਗੁਰਿਆਈ ਵਿੱਚ ਆਇਆ ਹੈ, ਵਾਰ ਦਿੱਤਾ ਸੀ ਸੋਨਾ ਧਰਮ ਵੀ ਬਚਾਇਆ ਹੈ, ਵਾਰ ਦਿੱਤਾ ਸੀ ਸੋਨਾ ਧਰਮ ਵੀ ਬਚਾਇਆ ਹੈ, ਪੂਜਾ ਹੈ ਅਕਾਲ ਦੀ ਪ੍ਰੇਮ ਹੀ ਯਕੀਨ ਹੈ, ਗੁਰ ਪਾਤਸ਼ਾਹੀ ਦਸਵੀਂ ਸੂਰ ਵੀਰਤਾ ਪ੍ਰਵੀਨ ਹੈ, ਖਾਲਸਾ ਹੈ ਪੰਥ ਸਦਾ ਗੁਰੂ ਗ੍ਰੰਥ ਮੇ ਯਕੀਨ ਹੈ, ਖਾਲਸਾ ਹੈ ਪੰਥ ਸਦਾ ਗੁਰੂ ਗ੍ਰੰਥ ਮੇ ਯਕੀਨ ਹੈ, ਖਾਲਸੇ ਚ ਗੁਰੂ ਗੁਰੂ ਖਾਲਸੇ ਚ ਲੀਨ ਹੈ, ਖਾਲਸੇ ਚ ਗੁਰੂ ਗੁਰੂ ਖਾਲਸੇ ਚ ਲੀਨ ਹੈ। ਧੰਨਵਾਦ। ਕਰੋ ਵਿਚਾਰ ਨਾਨਕ ਸੋ ਸਾਲਾਈਏ ਜੋ ਸਭਨਾ ਦੇਹੇ ਅਦਾ। ਸਭ ਤੋਂ ਪਹਿਲਾਂ ਮੇਰੇ ਵੱਲੋਂ ਪ੍ਰਿੰਸੀਪਲ ਸਾਹਿਬਾਨ, ਅਧਿਆਪਕ ਸਾਹਿਬਾਨ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥੀ, ਮੇਰੇ ਵੱਲੋਂ ਆਪ ਸਭ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ ਬਸੰਤ ਪੰਚਮੀ ਦੇ ਤਿਉਹਾਰ ਵਿੱਚ ਆ ਰਹੇ ਬਦਲਾਵ ਬਾਰੇ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ। ਬਸੰਤ ਪੰਚਮੀ ਖੁਸ਼ੀਆਂ ਖੇੜਿਆਂ ਦਾ ਇੱਕ ਮੌਸਮੀ ਤਿਉਹਾਰ ਹੈ। ਬਸੰਤ ਦੇ ਇਸ ਮੌਸਮ ਨੂੰ ਪ੍ਰਕਿਰਤੀ ਵਿੱਚ ਇੱਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ। ਬਸੰਤ ਵਿੱਚ ਕੜਾਕੇ ਦੀ ਠੰਡ ਦਾ ਦਬਾਅ ਘੱਟ ਜਾਂਦਾ ਹੈ ਅਤੇ ਦਰਖਤਾਂ ਉੱਤੇ ਨਵੇਂ ਨਵੇਂ ਪੱਤੇ ਉੱਗਦੇ ਹਨ। ਬਸੰਤ ਪੰਚਮੀ ਦਾ ਸੰਬੰਧ ਮਾਤਾ ਸਰਸਵਤੀ ਦੇ ਨਾਲ ਵੀ ਜੁੜਿਆ ਹੋਇਆ ਹੈ, ਕਿਉਂਕਿ ਇਸ ਦਿਨ ਮਾਤਾ ਸਰਸਵਤੀ ਦਾ ਜਨਮ ਹੋਇਆ ਸੀ ਤੇ ਲੋਕ ਅੱਜ ਉਹਨਾਂ ਦੀ ਪੂਜਾ ਕਰਦੇ ਹਨ, ਜਦਕਿ ਲੋਕ ਅੱਜ ਪੀਲੇ ਕੱਪੜੇ ਹੀ ਪਹਿਨਦੇ ਹਨ ਅਤੇ ਪੀਲੇ ਤਰ੍ਹਾਂ ਦਾ ਹੀ ਭੋਜਨ ਤਿਆਰ ਕਰਦੇ ਹਨ। ਇਸ ਦੇ ਨਾਲ ਨਾਲ ਬਸੰਤ ਰੁੱਤ ਦੇ ਨਾਲ ਕਈ ਲੋਕ ਗੀਤ ਵੀ ਪ੍ਰਚਲਿਤ ਹਨ, ਜਿਵੇਂ ਕਿ ਸਦਾ ਦੀਵਾਲੀ, The sacrifice of the soldiers. I, Komalpreet Kaur, student of B.Ed. first year from Mentor Group G, speak few words on one of the blackest attack in Kashmir that happened on 14th of the February 2019. A day when cries wailed over them in 40 homes, when country filled with outrage in the eyes, when hot blood gurgled through the veins of soldiers, a day when 40 brave hearts martyred the Pulwama attack of 2019. Of knowledge, wisdom and art. She is grieved to bless us with creativity, learning and intellect on this day and seek her blessings for success in our academic pursuits and artistic endeavors. One of the most beautiful aspects of this Basant Panchami is the colorful display of yellow. Yellow symbolizes the blossoming of flowers and vibrancy of nature. During springtime, people wear yellow clothes, offer yellow flowers and even prepare yellow foods and sweets at their home like saffron rice and laddus. The festival is also marked by various rituals and traditions.
Many schools and educational institutions organize Saraswati Puja where students and teachers gather to seek the blessings of Goddess Saraswati. इसका चरित्र नहीं मिलता है, पर चीन, भारत और नेपाल के पूरे साल जिन छह मौसमों में बढ़ा है उसमें बसंत एक ऋतु एक है। इसमें फूलों का बहार आ जाती है, खेतों में सरसों के फूल मानो सोने से चमकने लगते हैं, जो और गेहूं की बलिया लग जाती है, आमों में पेड़ों पर माजर मतलब बोर आ जाता है, हर तरफ रंग बिरंगी तितलियां मंडराने लगती है, भर भर बबरे बबरे। ठीक है, ਤੇ ਜਿਹੜਾ ਬਸੰਤ ਰਾਗ ਹੈ ਜਿਹਨੂੰ ਅਸੀਂ ਮਤਲਬ ਜਦੋਂ ਮਾਘੀ ਸ਼ੁਰੂ ਹੁੰਦੀ ਹੈ ਉਦੋਂ ਤੋਂ ਗਾਣਾ ਸ਼ੁਰੂ ਕਰਦੇ ਹਾਂ ਅਤੇ ਜਦ ਤੱਕ ਹੋਲਾ ਮਹੱਲਾ ਆਉਂਦਾ ਉਦੋਂ ਤੱਕ ਅਸੀਂ ਇਸਨੂੰ ਗਾਉਂਦੇ ਰਹਿੰਦੇ ਹਾਂ ਬਸੰਤ ਰਾਗ ਨੂੰ। ਬਸੰਤ ਰਾਗ ਦੇ ਵਿੱਚ ਵੀ ਹੁਣ ਸਵਰਾਂ ਦੇ ਵਿੱਚ ਮੈਂ ਡਿਟੇਲ 'ਚ ਨਹੀਂ ਜਾਊਂਗਾ, ਇਹਦੇ ਵਿੱਚ ਮਾਂ ਤੀਬਰ ਜਿਹੜਾ ਹੈਗਾ ਉਹ ਵਿਸ਼ੇਸ਼ ਤੌਰ 'ਤੇ ਲਗਾਇਆ ਜਾਂਦਾ ਹੈ। ਬਸ ਮੈਂ ਉਦਾਹਰਨ ਦੇ ਤੌਰ 'ਤੇ ਇੱਕ ਦੋ ਲਾਈਨਾਂ ਬਸ ਤੁਹਾਨੂੰ ਸੁਣਾ ਕੇ ਆਪਣੀ ਗੱਲ ਖਤਮ ਕਰਾਂਗਾ। ਬਸੰਤ ਰਾਗ 'ਚ ਬਹੁਤ ਸਾਰੇ ਸ਼ਬਦ ਹੈ, ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ ਦੇਖ ਫੂਲ 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 ਹੈ, ਕਾਫੀ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤੇ ਹੋਏ ਨੇ। ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ, ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ, ਇਹ ਮਨ ਚਲਿਆ ਦੂਜੇ ਦੋਏ, ਮਨ ਜਲਿਆ ਜਿਹੜਾ ਮੈਂ ਬੋਲਿਆ ਇਹ ਮਨ ਇਹ ਮਾਂ ਤੀਬਰ ਹੈ। ਧੰਨਵਾਦ। ਜਦੋਂ ਤੁਸੀਂ ਅਲੱਗ ਅਲੱਗ ਬੱਚੇ ਅਲੱਗ ਅਲੱਗ ਐਂਗਲ ਤੋਂ ਕਿਸੇ ਵਿਸ਼ੇ ਨੂੰ ਤਿਆਰ ਕਰਕੇ ਆਉਂਦੇ ਹੋ ਤੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੇ ਕਿੰਨੇ ਐਂਗਲ ਤੋਂ ਸੁਣਿਆ ਹੋਏਗਾ। ਉਸ ਤੋਂ ਜਦੋਂ ਇੱਕ ਬੱਚਾ ਗੁਰਬਾਣੀ ਦੇ ਪੁਆਇੰਟ ਆਫ ਵਿਊ ਤੋਂ ਐਕਸਪਲੇਨ ਕਰਕੇ ਗਿਆ, ਇੱਕ ਬੱਚੇ ਨੇ ਮਾਂ ਸਰਸਵਤੀ ਦੇ ਨਾਲ ਕੋਰਲੇਟ ਕੀਤਾ। ਸੋ ਜਦੋਂ ਤੁਸੀਂ ਸਾਰੇ ਆਪਣੇ ਕੰਟਰੀਬਿਊਸ਼ਨ ਦਿੰਦੇ ਹੋ ਨਾ, ਜਿਵੇਂ ਬਗੀਚੇ ਦੇ ਵਿੱਚ ਅਲੱਗ ਅਲੱਗ ਫੁੱਲ ਹੁੰਦੇ ਨੇ, ਜਦੋਂ ਸਾਰੇ ਫੁੱਲਾਂ ਨੂੰ ਇਕੱਠਾ ਕਰ ਲੈਂਦੇ ਤਾਂ ਆਪਾਂ ਗੁਲਦਸਤਾ ਬਣਾ ਲੈਂਦੇ ਹਾਂ, ਉਹਦੀ ਮਹਿਕ ਵੱਖਰੀ ਹੁੰਦੀ ਆ, ਉਹਦੀ ਟੌਰ ਵੱਖਰੀ ਹੁੰਦੀ ਆ। ਸੋ ਜਦੋਂ ਤੁਸੀਂ ਸਾਰੇ ਤਿਆਰ ਕਰਕੇ ਅਲੱਗ ਅਲੱਗ ਪੁਆਇੰਟ ਆਫ ਵਿਊ ਤੇ ਬੋਲ ਰਹੇ ਸੀ, ਜੇ ਮੈਂ ਸੁਣ ਰਿਹਾ ਸੀ ਜਾਂ ਦੂਸਰੇ ਪਰਸਨ ਸੁਣ ਰਹੇ ਸੀ, ਤਾਂ ਬਹੁਤ ਕੁਛ ਨਵਾਂ ਸਿੱਖਣ ਨੂੰ ਮਿਲਿਆ ਹੋਏਗਾ। ਸਾਡੀ ਕਲਚਰਲ ਡਾਇਵਰਸਿਟੀ ਬਾਰੇ ਸਾਨੂੰ ਪਤਾ ਲੱਗਿਆ ਹੋਏਗਾ ਕਿ ਅਸੀਂ ਵੱਖ ਵੱਖ ਧਰਮਾਂ ਦੇ ਵਿੱਚ ਰਹਿੰਦੇ ਹੋਏ ਕਿਸ ਤਰ੍ਹਾਂ ਇੱਕ ਤਿਉਹਾਰ ਨੂੰ ਰਲ ਕੇ ਮਨਾਉਂਦੇ ਹਾਂ। ਜਦੋਂ ਕਹਿ ਰਹੇ ਕਿ ਬਸੰਤ ਪੰਚਮੀ ਦੇ ਤਿਉਹਾਰ ਨੂੰ ਦੋ ਤਿੰਨ ਜਗ੍ਹਾ 'ਚ ਬੜਾ ਧੂਮਧਾਮ ਨਾਲ ਮਨਾਇਆ ਜਾਂਦਾ, ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਪਟਿਆਲਾ, ਗੁਰੂ ਕਾ ਲਾਹੌਰ ਅਨੰਦਪੁਰ ਸਾਹਿਬ, ਅਤੇ ਫਿਰ